ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਭੈਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਭੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਗੱਲ ਕਰਦੇ ਹਾਂ ਜੀ। ਪਹਿਲਾਂ ਭੰਗੜਾ ਪਾਉਣ ਵਾਲੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਤੇ ਹੁਣ ਚੰਨੀ ਸਾਹਿਬ ਭੰਗੜਾ ਪਾਉਣ ਤੋਂ ਬਾਅਦ ਗੋਲਕੀਪਰ ਬਣ ਗਏ ਨੇ। ਦੇਖੋ ਜੀ, ਗੱਲ ਇਹ ਹੈ ਜੀ, ਕੱਲ ਜਲੰਧਰ ਦੇ ਵਿੱਚ ਸੁਰਜੀਤ ਹਾਕੀ ਕੱਪ ਸੀਗਾ, ਇਸ ਕੱਪ ਦੇ ਵਿੱਚ ਇਹਨਾਂ ਦੇ ਵੱਲੋਂ ਗੋਲਕੀਪਰ ਬਣਿਆ ਗਿਆ। ਉੱਥੇ ਪ੍ਰਗਟ ਸਿੰਘ ਨੇ ਵੀ, ਜਿਹੜੇ ਕਿ ਇਸ ਵਕਤ ਖੇਡ ਮੰਤਰੀ ਵੀ ਆ ਤੇ ਸਿੱਖਿਆ ਵਿਭਾਗ ਦੇ ਮੰਤਰੀ ਆ, ਉਹਨਾਂ ਦੇ ਵੱਲੋਂ ਵੀ ਹਾਕੀ ਖੇਡੀ ਗਈ ਹੈ। ਗੋਲ ਕਰਨ ਦੀ ਕੋਸ਼ਿਸ਼ ਪ੍ਰਗਟ ਸਿੰਘ ਨੇ ਕੀਤੀ ਹੈ, ਗੋਲ ਰੋਕਣ ਦੀ ਕੋਸ਼ਿਸ਼ ਚੰਨੀ ਹੋਰਾਂ ਨੇ ਕੀਤੀ ਹੈ। ਬਿਲਕੁਲ ਉਹੀ ਡਰੈਸ ਪਾ ਕੇ ਜਿਹੜੀ ਗੋਲਕੀਪਰ ਦੇ ਆਮ ਤੌਰ ਤੇ ਪਾਈ ਹੁੰਦੀ ਹੈ। ਤੇ ਜਿਹੜੇ ਹਾਕੀ ਖਿਡਾਰੀਆਂ ਦਾ ਕੱਲ੍ਹ ਮੁਕਾਬਲਾ ਸੀਗਾ, ਉਹਨਾਂ ਦਾ ਹੌਸਲਾ ਵਧਾਉਣ ਦੇ ਲਈ ਇਹ ਸਾਰਾ ਉਪਰਾਲਾ ਕੀਤਾ ਗਿਆ, ਤਾਂ ਜੋ ਸੂਬੇ ਦਾ ਮੁੱਖ ਮੰਤਰੀ ਤੇ ਖੇਡ ਮੰਤਰੀ ਆਪ ਹਾਕੀ ਨੂੰ ਚੱਕ ਕੇ ਤੇ ਖਿਡਾਰੀਆਂ ਦੇ ਨਾਲ ਜਦੋਂ ਲੱਗਣ, ਉਹਨਾਂ ਦੇ ਹੌਸਲੇ ਦੇ ਵਿੱਚ ਵਾਧਾ ਹੋਵੇ। ਇਸ ਗੱਲ ਦੀ ਸਿਫਤ ਕਰਨੀ ਬਣਦੀ ਹੈ, ਇਸ ਗੱਲ ਦੀ ਵਧਾਈ ਦੇਣੀ ਬਣਦੀ ਹੈ ਵੀ ਚਲੋ ਦੋ ਮੰਤਰੀ ਇਸ ਤਰੀਕੇ ਦੇ ਨਾਲ ਖਿਡਾਰੀਆਂ ਦੀ ਹੌਸਲਾ ਅਫਜਾਈ ਕਰ ਰਹੇ ਆ। ਪਤਾ ਇਹ ਨਹੀਂ ਲੱਗਾ, ਜਿੰਨੀ ਕੁ ਵੀਡੀਓ ਮੈਂ ਦੇਖੀ ਉਹਦੇ ਵਿੱਚ ਦੋ ਗੋਲ ਕਰਨ ਦੇ ਵਿੱਚ ਪ੍ਰਗਟ ਸਿੰਘ ਹੋਰੀ ਕਾਮਯਾਬ ਹੋ ਗਏ ਤੇ ਤਿੰਨ ਗੋਲ ਰੋਕਣ ਦੇ ਵਿੱਚ ਚੰਨੀ ਹੋਰੀ ਕਾਮਯਾਬ ਹੋ ਗਏ। ਇਸ ਤਰੀਕੇ ਦੀ ਮੈਂ ਜਿਹੜੀ ਜਿੰਨੀ ਕੁ ਵੀਡੀਓ ਦੇਖੀ ਆ ਉਹ ਮੇਰੇ ਧਿਆਨ ਦੇ ਵਿੱਚ ਗੱਲ ਆਈ ਹੈ। ਪਰ ਇਹਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਸਵਾਲ ਆ ਉਹਦੀ ਵੀ ਗੱਲ ਕਰਨੀ ਬਣਦੀ ਆ, ਕਿਉਂਕਿ ਦੇਖੋ ਵਿਆਹ ਦੇ ਵਿੱਚ ਜਾ ਕੇ ਤੁਸੀਂ ਸਾਦਗੀ ਦਿਖਾਉਂਦੇ ਹੋ, ਤੁਸੀਂ ਕੋਏ ਜਾਂਦੇ ਜੋੜੇ ਨੂੰ ਸ਼ਗਨ ਦਿੰਦੇ ਹੋ, ਤੁਸੀਂ ਭੰਗੜਾ ਵੀ ਪਾ ਲੈਂਦੇ ਹੋ, ਤੁਸੀਂ ਗਿਆਨੀ ਟੀ ਸਟਾਲ ਤੇ ਚਾਹ ਵੀ ਪੀ ਲੈਂਦੇ ਹੋ, ਤੁਸੀਂ ਇੱਥੇ ਜਾ ਕੇ ਹਾਕੀ ਦੇ ਵਿੱਚ ਖਿਡਾਰੀ ਬਣ ਕੇ ਗੋਲਕੀਪਰ ਵੀ ਬਣ ਜਾਂਦੇ ਹੋ। ਪਰ ਪੰਜਾਬ ਦੇ ਲੋਕ ਹੁਣ ਮਸਲਿਆਂ ਦਾ ਹੱਲ ਚਾਹੁੰਦੇ ਆ। ਹੁਣ ਇਉਂ ਜੀ ਲੱਗਣ ਲੱਗ ਪਿਆ ਵੀ ਜਿਹੜੀਆਂ ਇਹ ਸਾਰੀਆਂ ਗੱਲਾਂ ਇਹ ਚੰਨੀ ਸਾਹਿਬ ਦੇ ਆਪਣੇ ਬਲਬਲੇ, ਆਪਣਾ ਉਤਸ਼ਾਹ, ਆਪਣਾ ਚਾਅ ਤਾਂ ਹੋ ਸਕਦਾ, ਆਪਣੀ ਇੰਜੋਇਮੈਂਟ ਹੋ ਸਕਦੀ ਹੈ, ਪਰ ਇਹਦੇ ਨਾਲ ਪੰਜਾਬ ਦੇ ਮਸਲੇ ਕਦੋਂ ਹੱਲ ਹੋਣਗੇ? ਹੁਣ ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ। 2017 ਦੇ ਵਿੱਚ ਕੀਤੇ ਹੋਏ ਵਾਅਦੇ ਜਿਹੜੇ ਕਿ ਕਾਂਗਰਸ ਦੇ ਵੱਲੋਂ ਹੀ ਕੀਤੇ ਗਏ, ਉਸ ਵਕਤ ਵੀ ਚੰਨੀ ਸਾਹਿਬ ਕੈਬਨਿਟ ਮੰਤਰੀ ਸੀ, ਹੁਣ ਕੈਪਟਨ ਲਾ ਕੇ ਚੰਨੀ ਸਾਹਿਬ ਮੁੱਖ ਮੰਤਰੀ ਬਣਾ ਦਿੱਤੇ ਗਏ, ਹੁਣ ਵੀ ਕਾਂਗਰਸ ਦੀ ਸਰਕਾਰ ਹੈ। ਕਾਂਗਰਸ ਦੀ ਸਰਕਾਰ ਨੇ ਕੀਤੇ ਹੋਏ ਵਾਅਦਿਆਂ ਵਿੱਚੋਂ ਕਿੰਨੇ ਪੂਰੇ ਕੀਤੇ, ਸਵਾਲ ਇਹ ਪੈਦਾ ਹੁੰਦਾ। ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਦੇਖੋ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਿਆ, ਚਲੋ ਕੋਈ ਨੀ ਚੰਨੀ ਸਾਹਿਬ ਗੋਲਕੀਪਰ ਤਾਂ ਬਣੇ ਨਾ, ਇਉਂ ਨਹੀਂ ਆਪਾਂ ਕਹਿ ਸਕਦੇ। ਬੇਅਦਬੀ ਦਾ ਮਾਮਲਾ ਇੱਕ ਬਹੁਤ ਵੱਡਾ ਮੁੱਦਾ, ਉਸ ਮੁੱਦੇ ਦਾ ਹੱਲ ਹੋਣਾ ਚਾਹੀਦਾ, ਇਸ ਮਸਲੇ ਦੇ ਵਿੱਚ ਇਨਸਾਫ਼ ਮਿਲਣਾ ਚਾਹੀਦਾ। ਹੁਣ ਕੱਲ ਨੂੰ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਰੇਤ ਦੀਆਂ ਕੀਮਤਾਂ ਚਲੋ ਨਹੀਂ ਘਟੀਆਂ, ਖੱਡਾਂ ਦੇ ਉੱਤੇ ਪਹਿਲਾਂ ਨੂੰ ਕਬਜ਼ੇ ਜਾਰੀ ਹੈ, ਚਲੋ ਕੋਈ ਗੱਲ ਨਹੀਂ, ਚੰਨੀ ਸਾਹਿਬ ਗਿਆਨੀ ਟੀ ਸਟਾਲ ਦੇ ਉੱਤੇ ਚਾਹ ਤਾਂ ਪੀਂਦੇ ਆ ਨਾ, ਘਰ ਘਰ ਦੇ ਵਿੱਚ ਰੁਜ਼ਗਾਰ ਨਹੀਂ ਮਿਲਿਆ, ਚਲੋ ਕੋਈ ਗੱਲ ਨਹੀਂ, ਚੰਨੀ ਸਾਹਿਬ ਆ ਜਿਹੜੇ ਇਹ ਮੁੰਡਿਆਂ ਦੇ ਨਾਲ PTU ਦੇ ਵਿੱਚ ਜਾ ਕੇ ਭੰਗੜਾ ਤਾਂ ਪਾ ਲੈਂਦੇ ਆ ਨਾ, ਆਹ ਗੱਲਾਂ ਨਹੀਂ ਚੱਲਣੀਆਂ ਗੀਆਂ। ਲੋਕ ਇਹ ਚਾਹੁੰਦੇ ਜੀ ਕਿ ਮਸਲੇ ਦਾ ਹੱਲ ਵੀ ਹੋਵੇ। ਹੁਣ ਕੱਲ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇੱਕ ਤੰਦ ਕੱਸਿਆ, ਉਹ ਕਹਿੰਦੇ ਜੀ ਇਉਂ ਲੱਗਦਾ ਵੀ ਚੰਨੀ ਸਾਹਿਬ ਗੋਲ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਤੇ ਨਵਜੋਤ ਸਿੰਘ ਗੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਇਉਂ ਲੱਗਦਾ ਸਾਨੂੰ। ਸੋ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆ ਵੀ ਸਾਡੇ ਨਾਲ ਕੀਤੇ ਹੋਏ ਵਾਅਦੇ ਕਦੋਂ ਪੂਰੇ ਹੋਣਗੇ। ਬਾਹਰਲੇ ਦੇਸ਼ਾਂ ਦੇ ਵਿੱਚ ਮੰਤਰੀ ਆ ਜਿਹੜੇ ਉਹ ਇਸ ਤਰੀਕੇ ਨਾਲ ਇੰਜੋਇਮੈਂਟ ਕਰਦੇ ਆ, ਬਹੁਤ ਚੰਗੀ ਗੱਲ ਆ, ਆਪਦੀ ਜ਼ਿੰਦਗੀ ਉਹਨਾਂ ਦੀ, ਆਪਦੇ ਪਰਿਵਾਰ ਨੂੰ ਵੀ ਸਮਾਂ ਦੇਣਾ, ਆਪਦੀ ਮੌਜ ਮਸਤੀ ਵੀ ਕਰਨੀ, ਪਰ ਜਿਹੜੇ ਕੰਮਾਂ ਦੇ ਲਈ ਲੋਕਾਂ ਨੇ ਚੁਣਿਆ ਉਹ ਮਸਲੇ ਵੀ ਪਹਿਲ ਦੇ ਆਧਾਰ ਦੇ ਉੱਤੇ ਹੱਲ ਹੋਣੇ ਚਾਹੀਦੇ ਆ। ਆ ਤੁਸੀਂ ਹੁਣ ਦੇਖੋ ਵੀ ਕਿਸਾਨ ਸੁੱਕਣੇ ਪਏ ਰਹੇ ਆ, ਜਿਹੜੇ ਕਿ ਇਸ ਵਕਤ ਗੁਲਾਬੀ ਸੁੰਡੀ ਦੇ ਕਰਕੇ ਨਰਮਾ ਮਰ ਗਿਆ, ਉਹਨਾਂ ਦੀ ਸਾਰ ਕੋਈ ਨਹੀਂ ਰਹਿੰਦਾ, ਇਹਨੂੰ ਤਿੰਨ ਕੈਟਾਗਰੀਆਂ ਦੇ ਵਿੱਚ ਵੰਡਤਾ ਅਸੀਂ, ਜਿਹਨਾਂ ਦਾ ਤਾਂ ਹੋਇਆ ਜੀ 33% ਤੱਕ ਨਰਮਾ ਖਰਾਬ ਉਹਨਾਂ ਨੂੰ ਦੇਵਾਂਗੇ 2000 ਰੁਪਈਆ, ਜਿਹਨਾਂ ਦਾ 34% ਤੋਂ ਲੈ ਕੇ 75% ਤੱਕ ਖਰਾਬ ਆ ਉਹਨਾਂ ਨੂੰ ਦੇਵਾਂਗੇ 5300 ਰੁਪਈਆ, ਜਿਹਨਾਂ ਦਾ 100% ਖਰਾਬ ਉਹਨਾਂ ਨੂੰ ਦੇਵਾਂਗੇ 12000 ਰੁਪਈਆ। ਕਿਸਾਨ ਤਾਂ ਸੁੱਕਣੇ ਪਾਏ ਤੁਸੀਂ 2000 ਰੁਪਈਏ ਦੇ ਚੱਕਰ ਦੇ ਵਿੱਚ, ਤੇ ਆਪ ਜੇਕਰ ਆਪਾਂ ਗੋਲਕੀਪਰ ਬਣ ਕੇ ਫਿਰਦੇ ਹੋਈਏ ਤਾਂ ਇਹ ਗੱਲਾਂ ਨਾ ਲੋਕਾਂ ਨੂੰ ਪਸੰਦ ਆਈਆਂ ਨਾ ਆਉਣੀਆਂ। ਮੈਨੂੰ ਕਦੇ ਕਦੇ ਇਉਂ ਲੱਗਦਾ ਜਿਵੇਂ ਫਿਲਮਾਂ ਵਾਲੇ ਆਪਣਾ ਪ੍ਰਚਾਰ ਜਿਹਾ ਨਹੀਂ ਕਰਦੇ ਹੁੰਦੇ ਵੀ ਭਾਈ ਅੱਜ ਭੇਸ ਬਦਲ ਕੇ ਫਲਾਣੀ ਥਾਂ ਤੇ ਜਾਣਾ, ਅੱਜ ਪ੍ਰਚਾਰ ਦੇ ਲਈ ਅਸੀਂ ਆਹ ਤਰੀਕਾ ਅਪਣਾਉਣਾ, ਲੋਕਾਂ ਦਾ ਧਿਆਨ ਖਿੱਚਿਆ ਜਾਵੇ। ਚੰਨੀ ਸਾਹਿਬ ਇਸ ਰੂਪ ਦੇ ਵਿੱਚ ਕੰਮ ਨਾ ਕਰਨ। ਮੇਰਾ ਇੱਕ ਦੋਸਤ ਆ, ਉਹਨੇ ਕੱਲ੍ਹ ਮੈਨੂੰ ਦੱਸਿਆ, ਕਹਿੰਦਾ ਵੀ ਮੈਂ ਆਪਣੇ ਰਿਸ਼ਤੇਦਾਰ ਆਏ ਸੀਗੇ ਤੇ ਹੋਟਲ 'ਚ ਗਿਆ ਸੀਗਾ, ਅਚਾਨਕ ਹੋਟਲ ਦੀ ਰਿਸੈਪਸ਼ਨ ਤੋਂ ਉਹਨੂੰ ਫੋਨ ਆਉਂਦਾ ਕਿ ਘੱਟੋ ਘੱਟ 1-1.5 ਘੰਟਾ ਤੁਸੀਂ ਇੱਥੇ ਕਮਰੇ 'ਚ ਹੀ ਬੈਠੇ ਰਹਿਣਾ, ਕੋਈ ਹੋਟਲ ਦੇ ਅੰਦਰ ਨਹੀਂ ਜਾ ਸਕਦਾ, ਕੋਈ ਹੋਟਲੋਂ ਬਾਹਰ ਨਹੀਂ ਜਾ ਸਕਦਾ। ਉਹ ਕਹਿੰਦਾ ਕਿਉਂ? ਕਹਿੰਦੇ ਕਿ ਇੱਥੇ ਚੰਨੀ ਸਾਹਿਬ ਆ ਰਹੇ ਆ, ਮੁੱਖ ਮੰਤਰੀ ਸਾਹਿਬ ਆ ਰਹੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਆਮ ਲੋਕ ਆ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ?
ਤੁਸੀਂ ਲੋਕਾਂ ਦੇ ਕੰਮ ਦੇ ਵਿੱਚ ਵਿਘਨ ਪਾਉਣ ਵਾਲੇ ਲੋਕਾਂ ਦੇ ਉੱਤੇ ਵੀ ਕਾਰਵਾਈ ਕਰੋਗੇ। ਤੁਹਾਡੀ ਗੱਲ 100% ਸਹੀ ਹੈ ਜੀ, ਪਰ ਆਮ ਲੋਕਾਂ ਦੇ ਕੰਮਾਂ ਨੂੰ ਕਦੇ ਵੀ ਪ੍ਰਾਇੋਰਟੀ ਤੇ ਨਹੀਂ ਰੱਖਿਆ ਜਾਂਦਾ। ਆਮ ਲੋਕਾਂ ਨੂੰ ਤਾਂ ਇਹ ਸਮਝਿਆ ਜਾਂਦਾ ਵੀ ਸ਼ਾਇਦ ਉਹ ਵਿਹਲੇ ਨੇ, ਤੇ ਜਦੋਂ ਕੋਈ ਵੀ VIP ਆਉਂਦਾ ਹੈ ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ, ਇਸ ਤਰੀਕੇ ਦਾ ਵਤੀਰਾ ਉਹਨਾਂ ਦੇ ਨਾਲ ਕੀਤਾ ਜਾਂਦਾ, ਇਹ ਮਾੜੀ ਗੱਲ ਹੈ। ਖੈਰ, ਚੰਨੀ ਹੋਰਾਂ ਦੇ ਵੱਲੋਂ ਕੈਪਟਨ ਹਮਾਇਤੀਆਂ ਨੂੰ ਵੀ ਮਨਾਉਣ ਦਾ ਸਿਲਸਿਲਾ ਜਾਰੀ ਹੈ ਜੀ। ਹਾਂ ਬਿਲਕੁਲ ਜੀ, ਜਲੰਧਰ ਦੇ ਵਿੱਚ ਜਦੋਂ ਉਹ ਕੱਲ ਆਏ ਸੀਗੇ ਚੰਨੀ ਸਾਹਿਬ, ਤਾਂ ਦੇਵੀ ਤਲਾਬ ਮੰਦਿਰ ਦੇ ਵਿੱਚ ਵੀ ਗਏ ਆ। ਇੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਵੀ ਤਲਾਬ ਮੰਦਿਰ ਦੇ ਵਿੱਚ ਸਾਲਾ ਹੈ, ਇਹਨਾਂ ਨੂੰ ਅਸੀਂ GST ਮੁਕਤ ਕਰ ਰਹੇ ਹਾਂ, GST ਤੋਂ ਖੜਾ ਛੁਡਵਾ ਦਿੱਤਾ ਗਿਆ, ਕੱਲ ਕੋਈ ਖੜਾ ਛੁੱਟ ਗਿਆ ਉਹਨਾਂ ਦਾ। ਚਲੋ ਜੀ, ਇਹ ਦੇਵੀ ਤਲਾਬ ਮੰਦਿਰ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਆ, ਜਿਹੜੇ ਉੱਥੋਂ ਦੇ ਨਾਲ ਆਸਥਾ ਰੱਖਦੇ ਆ, ਉਹਨਾਂ ਵਾਸਤੇ ਇੱਕ ਬਹੁਤ ਚੰਗੀ ਖਬਰ ਹੈ। ਉਸ ਤੋਂ ਅਗਲੀ ਗੱਲ ਆ ਗਈ ਕਿ ਕੱਲ ਉਹਨਾਂ ਨੇ ਤੂਫਾਨੀ ਦੌਰਾ ਕੀਤਾ, ਇਹ ਵੀ ਕਹਿ ਸਕਦੇ ਹਾਂ ਆਪਾਂ, ਕਿਉਂਕਿ 15-15 ਮਿੰਟ ਉਹ ਕਈ ਕਾਂਗਰਸੀਆਂ ਦੇ ਘਰ ਦੇ ਵਿੱਚ ਗਏ ਆ। ਰਜਿੰਦਰ ਬੇਲੀ ਦੇ ਘਰ ਚ ਗਏ, ਸੁਸ਼ੀਲ ਰਿੰਕੂ ਦੇ ਘਰ ਦੇ ਵਿੱਚ ਗਏ ਵਿਧਾਇਕ ਦੇ, ਫਿਰ ਪਤਾ ਲੱਗਾ ਜੀ ਕਿ ਉਧਰ ਰਵਿੰਦਰ ਕੇਤੀ ਦੇ ਘਰ ਦੇ ਵਿੱਚ ਵੀ ਗਏ, ਕਈ ਹੋਰਨਾਂ ਦੇ ਘਰਾਂ ਦੇ ਵਿੱਚ ਗਏ। ਤੇ ਮੈਨੂੰ ਇਹ ਲੱਗਦਾ ਵੀ ਚੰਨੀ ਸਾਹਿਬ ਇਹ ਚਾਹੁੰਦੇ ਆ ਵੀ ਜਿਹੜੇ ਜਿਹੜੇ ਸੈਕਟਰ ਦੇ ਖੇਮੇ ਦੇ ਬੰਦੇ ਆ, ਉਹਨਾਂ ਨੂੰ ਹੱਥ ਦੇ ਵਿੱਚ ਰੱਖਿਆ ਜਾਵੇ, ਸਾਰਿਆਂ ਨੂੰ ਮਿਲਿਆ ਜਾਵੇ, ਕਿਉਂਕਿ ਇਹ ਮੰਨਿਆ ਜਾ ਰਿਹਾ ਵੀ ਜਦੋਂ ਕੈਪਟਨ ਨੇ ਪਾਰਟੀ ਬਣਾ ਲਈ ਤੇ ਉਦੋਂ ਇਹ ਕਿਤੇ ਉਧਰਲੇ ਪਾਸੇ ਨਾ ਚਲੇ ਜਾਣ। ਵੀ ਕੈਪਟਨ ਦੇ ਪਾਰਟੀ ਬਣਾਉਣ ਤੋਂ ਪਹਿਲਾਂ ਰੁੱਤਿਆਂ ਨੂੰ ਸਾਰਿਆਂ ਨੂੰ ਮਨਾਉਣ ਦਾ ਕੰਮ ਸ਼ੁਰੂ ਹੋ ਗਿਆ, ਸਾਰਿਆਂ ਨੂੰ ਗਲ ਦੇ ਨਾਲ ਲਾਉਣ ਦਾ ਕੰਮ ਸ਼ੁਰੂ ਹੋ ਗਿਆ। ਚੰਨੀ ਸਾਹਿਬ ਕੱਲ੍ਹ ਸੁਸ਼ੀਲ ਰਿੰਕੂ ਨੂੰ ਮਿਲ ਕੇ ਆਏ ਜਦੋਂ, ਤੇ ਉਹਨਾਂ ਦੇ ਬੱਚੇ ਨੂੰ ਵੀ ਚੱਕ ਕੇ ਲਾੜ ਦੁਲਾੜ ਦੇ ਕੇ, ਫਿਰ ਇਸ ਤਰੀਕੇ ਦੀ ਖਬਰ ਆਈ ਆ, ਰਜਿੰਦਰ ਬੇਰੀ ਦੇ ਮਾਤਾ ਦੇ ਪੈਰ ਹੱਥ ਲਾ ਕੇ ਆਏ ਆ। ਸੋ ਇਸ ਤਰੀਕੇ ਦੇ ਚਲੋ ਉਪਰਾਲੇ ਮਾੜੇ ਨਹੀਂ ਹੈਗੇ, ਇਹ ਚਲੋ ਸਤਿਕਾਰ ਦੇਣਾ ਚਾਹੀਦਾ ਆਪਦੇ ਪਾਰਟੀ ਦੇ ਆਗੂਆਂ ਨੂੰ, ਵਿਧਾਇਕਾਂ ਨੂੰ, ਹੋਰ ਅਹੁਦੇਦਾਰਾਂ ਨੂੰ ਮਾਣ ਦੇਣਾ ਚਾਹੀਦਾ, ਉਹਨਾਂ ਦੇ ਘਰ ਦੇ ਵਿੱਚ ਜਾਣਾ ਆਉਣਾ ਬਹੁਤ ਵਧੀਆ ਗੱਲ ਆ। ਪਰ ਗੱਲ ਇਹ ਜੀ ਕਿ ਅਸੀਂ ਜੋ ਆਸ ਕਰਦੇ ਹਾਂ ਉਹ ਹਾਲੇ ਤੱਕ ਨਹੀਂ ਹੋਇਆ। ਜਦੋਂ ਚੰਨੀ ਸਾਹਿਬ ਨੇ ਪਿਛਲੇ ਦਿਨ ਇਹ ਗੱਲ ਕਹੀ ਸੀ ਵੀ ਯਾਰ ਜੇਕਰ ਇਹ ਲੱਗਦਾ ਵੀ ਭਾਈ ਮੈਂ ਕੰਮ ਨਹੀਂ ਕਰਨਾ, ਤਾਂ 2 ਮਹੀਨਿਆਂ ਦੇ ਵਿੱਚ ਸਿੱਧੂ ਨੂੰ ਮੁੱਖ ਮੰਤਰੀ ਬਣਾ ਦਿਓ, ਦੇਖ ਲਾਂਗੇ ਵੀ ਇਹ ਕਿਹੜੇ ਕੰਮ ਕਰਦਾ। ਉੱਥੋਂ ਉਹਨਾਂ ਦੀ ਇੱਕ ਬੇਵਕੀ ਝਲਕਦੀ ਸੀ ਵੀ ਮੈਂ 2 ਮਹੀਨਿਆਂ 'ਚ ਕੀ ਕਰਦੇ ਹਾਂ, ਤੇ ਜੇਕਰ 2 ਮਹੀਨਿਆਂ ਦੇ ਵਿੱਚ ਕੁਝ ਨਹੀਂ ਹੋ ਸਕਦਾ ਤੇ ਫਿਰ ਆਪਾਂ ਨੂੰ ਨਾ ਕਰ ਦੇਣੀ ਚਾਹੀਦੀ ਸੀ ਵੀ ਭਾਈ ਮੈਂ ਮੁੱਖ ਮੰਤਰੀ ਨਹੀਂ ਬਣ ਸਕਦਾ, ਕਿਉਂਕਿ 2 ਮਹੀਨੇ ਬਹੁਤ ਥੋੜਾ ਸਮਾਂ, ਮੈਂ ਕੀ ਕਰਾਂ। ਸੋ ਲੋਕ ਇਸ ਵੇਲੇ ਸਿਰਫ ਹੱਲ ਚਾਹੁੰਦੇ ਆ, ਹੱਲ ਤੋਂ ਬਿਨਾਂ ਕੁਝ ਨਹੀਂ। ਜੀ ਬਿਲਕੁਲ ਸਰ, ਕੈਪਟਨ ਸਾਹਿਬ ਦਾ ਇੱਕ ਬਿਆਨ ਆਇਆ, ਇਸ ਬਿਆਨ ਨੂੰ ਸੁਣਨ ਤੋਂ ਬਾਅਦ ਹਾਸਾ ਵੀ ਆਉਂਦਾ, ਕਿਉਂਕਿ 4.5 ਸਾਲ ਕੈਪਟਨ ਸਾਹਿਬ ਨੇ ਆਪ ਤਾਂ ਕੁਝ ਵੀ ਨਹੀਂ ਕੀਤਾ, ਪਰ ਹੁਣ ਉਹ ਇਹ ਬਿਆਨ ਦੇ ਰਹੇ ਨੇ ਕਿ ਚੰਨੀ ਹੋਰੀ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ। ਉਹ ਪਿੱਛੇ ਜਿਹਾ ਇੱਕ ਗਾਣਾ ਆਇਆ ਸੀਗਾ, ਤੇਰੇ ਉੱਤੋਂ ਜਿੱਤ ਜੇ ਨੀ ਜਾਨਵਰ ਦਾ, ਤੇ ਤੇਰਾ ਕੱਜ ਲੱਗਾ ਹੋਇਆ ਤੇ ਤੂੰ ਗੱਪ ਮਾਰਦਾ। ਇਹ ਐਵੇਂ ਲੱਗਦਾ ਵੀ ਕੈਪਟਨ ਸਾਹਿਬ ਹਾਲੇ ਵੀ ਗੱਪ ਮਾਰਦੇ ਆ, ਕਿਉਂਕਿ ਕੈਪਟਨ ਸਾਹਿਬ ਨੇ 4.5-5 ਸਾਲ ਪਹਿਲਾਂ ਜਦੋਂ ਸੱਤਾ ਸੰਭਾਲੀ, ਉਦੋਂ ਜਿਹੜੇ ਜਿਹੜੇ ਵਾਅਦੇ ਕੀਤੇ ਤੇ ਜਿਵੇਂ ਜਿਵੇਂ ਕੀਤੇ, ਉਹਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਮੌਜੂਦ ਆ। ਉਹ ਗੱਪ ਦਰ ਗੱਪ ਸਾਰਾ ਕੁਝ ਸਭ ਸਾਬਤ ਹੋਇਆ। ਹੁਣ ਇਹ ਲੱਗਦਾ ਵੀ ਕੈਪਟਨ ਸਾਹਿਬ ਚਾਹੁੰਦੇ ਜੀ ਕਿ ਇਹ ਕਾਪੀਰਾਈਟ ਗੱਪ ਵਾਲਾ ਸਿਰਫ ਮੇਰੇ ਕੋਲ ਹੀ ਆ, ਹੋਰ ਕਿਸੇ ਦੇ ਕੋਲੇ ਹੈ ਨਹੀਂ। ਹੁਣ ਜਦੋਂ ਕੈਪਟਨ ਸਾਹਿਬ ਕਹਿੰਦੇ ਕਿ ਪੰਜਾਬ ਦੇ ਲੋਕਾਂ ਨੂੰ ਗੱਪਾਂ ਮਾਰ ਮਾਰ ਕੇ ਗੁੰਮਰਾਹ ਨਾ ਕਰਨ ਕਿ ਰਣਜੀਤ ਸਿੰਘ ਚੰਨੀ ਹੋਈ, ਤਾਂ ਹਾਸਾ ਆਉਂਦਾ ਵੀ ਯਾਰ ਤੁਸੀਂ ਤਾਂ ਇਹ ਨਾ ਕਹੋ, ਤੁਹਾਡੇ ਕੋਲੋਂ ਹੀ ਸ਼ਾਇਦ ਚੁੱਕੇ ਹੋਣ, ਕਿਉਂਕਿ ਤੁਸੀਂ ਇੱਕੋ ਪਾਰਟੀ ਦੇ ਵਿੱਚੋਂ, ਹਾਲੇ ਵੀ ਕੈਪਟਨ ਸਾਹਿਬ ਤਾਂ ਕਾਂਗਰਸੀ ਆ, ਉਹ ਕਿਹੜਾ ਕਾਂਗਰਸ ਨੂੰ ਛੱਡ ਕੇ ਚਲੇ ਗਏ ਆ। ਫਿਰ ਅਗਲੀ ਗੱਲ ਵੀ ਤੁਹਾਡੀ ਹੀ ਵਜ਼ਾਰਤ ਦੇ ਵਿੱਚ ਚੰਨੀ ਹੋਰੀ ਮੰਤਰੀ ਸੀ, ਤੇ ਸੀਟ ਤਾਂ ਤੁਹਾਡੇ ਕੋਲ ਹੀ ਚੁੱਕੇ ਹੋਣ। ਸੋ ਪੰਜਾਬ ਦੇ ਨੇਤਾ ਜਿਹੜੇ ਉਹ ਭੁੱਲ ਜਾਂਦੇ ਵੀ ਭਾਈ ਸਾਡਾ ਜਿਹੜਾ ਪ੍ਰਭਾਵ ਆ ਉਹ ਲੋਕਾਂ ਦੇ ਮਨਾਂ ਦੇ ਵਿੱਚ ਕਿਹੋ ਜਿਹਾ। ਸੋ ਕੈਪਟਨ ਸਾਹਿਬ ਕਹਿੰਦੇ ਜੀ ਕਿ ਗੱਪ ਨਹੀਂ ਮਾਰਨੇ ਚਾਹੀਦੇ, ਪੰਜਾਬ ਦੇ ਲੋਕਾਂ ਨੂੰ ਕੰਮ ਕਰਕੇ ਦਿਖਾਉਣਾ ਚਾਹੀਦਾ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਕਾਸ਼ ਇੰਨਾ ਜਿਹੜਾ ਫਿਕਰ ਤੇ ਇੰਨੀ ਸਿਆਣਪ ਵਾਲੀ ਗੱਲ ਉਹਨਾਂ ਨੇ ਸੱਤਾ ਦੇ ਵਿੱਚ ਰਹੀਆਂ ਕੀਤੀ ਹੁੰਦੀ, ਆਪ ਜਦੋਂ ਮੁੱਖ ਮੰਤਰੀ ਸੀ ਉਦੋਂ ਕੀਤੀ ਹੁੰਦੀ ਗੱਲ, ਤੇ ਉਦੋਂ ਲੋਕਾਂ ਨੂੰ ਚੰਗੀ ਨਹੀਂ ਲੱਗਦੀ, ਜਾਂ ਫਿਰ ਉਹ ਲੋਕਾਂ ਦੇ ਸਾਹਮਣੇ ਅੱਜ ਵੀ ਕਦੇ ਮੰਨ ਲਿਆ ਵੀ ਕੈਪਟਨ ਸਾਹਿਬ ਦੇ ਖਿਲਾਫ ਗੱਲਾਂ ਚੱਲ ਰਹੀਆਂ, ਉਹ ਇਹ ਕਹਿਣ ਵੀ ਮੈਂ ਫਲਾਣੇ ਦਿਨ ਨੂੰ ਲੋਕਾਂ ਦੇ ਸਵਾਲਾਂ ਦੇ ਉੱਤਰ ਦੇਣੇ ਆ, ਭਾਵੇਂ ਕਿ ਸੋਸ਼ਲ ਮੀਡੀਆ ਦੇ ਉੱਤੇ ਦੇਣੇ ਆ, ਤੇ ਆਹ ਤਰੀਕੇ ਅਸੀਂ ਚੁਣ ਲਈਏ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ। ਮੈਂ ਦਾਅਵੇ ਨਾਲ ਕਹਿੰਦਾ ਵੀ ਲੋਕਾਂ ਦੇ ਵਿੱਚੋਂ 100 ਦੇ ਵਿੱਚੋਂ 100 ਲੋਕ ਹੀ ਇਹ ਗੱਲ ਕਹਿਣਗੇ ਵੀ ਚੰਗਾ ਹੋ ਗਿਆ, ਕਿਹੜਾ ਛੁੱਟ ਗਿਆ ਤੁਹਾਡੇ ਕੋਲੋਂ। ਇਹ ਵੱਖਰੀ ਗੱਲ ਆ ਵੀ ਨਵਿਆਂ ਦੇ ਕੋਲੋਂ ਵੀ ਹਾਲੇ ਕੁਝ ਨਹੀਂ ਹੋ ਰਿਹਾ, ਪਰ ਕੈਪਟਨ ਸਾਹਿਬ ਨੇ ਜੇਕਰ ਇੰਨੀ ਸਿਆਣਪ ਵਾਲੀ ਗੱਲ ਵੀ ਗੱਪ ਨਹੀਂ ਮਾਰਨਾ ਚਾਹੀਦਾ, ਕਿਸੇ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ, ਇਹ ਵੇਲੇ ਸਿਰ ਕੀਤੀ ਹੁੰਦੀ ਤਾਂ ਅੱਜ ਵਾਲੇ ਹਾਲਾਤ ਨਾਲ ਪੈਦਾ ਹੁੰਦੇ। ਜੀ ਬਿਲਕੁਲ ਸਹੀ ਸਰ, ਅੱਗੇ ਵੱਧਦੇ ਹਾਂ ਜੀ। ਜਿਹੜਾ ਨਰਮਾ ਬਰਬਾਦ ਹੋਇਆ ਜਿਹਨਾਂ ਕਿਸਾਨਾਂ ਦਾ ਤੁਸੀਂ ਜ਼ਿਕਰ ਪਹਿਲਾਂ ਵੀ ਕੀਤਾ ਹੈ, ਹੁਣ ਉਹਨਾਂ ਦਾ ਜਿਹੜਾ ਵਿਰੋਧ ਹੈ ਉਹ ਨਵੇਂ ਸਿਰੇ ਤੋਂ ਸ਼ੁਰੂ ਹੋ ਗਿਆ, ਫਿਰ ਇਹਦਾ ਮਤਲਬ? ਦੇਖੋ ਜੀ, ਉਹ ਕਰਨ ਕੀ ਗੱਲ ਤਾਂ ਇਹ ਆ, ਇਸ ਪਾਸੇ ਕੇਂਦਰ ਦੀ ਸਰਕਾਰ ਨਾਲ ਜੰਗ, ਦੂਜੇ ਪਾਸੇ ਸੂਬੇ ਦੀ ਸਰਕਾਰ ਨਾਲ ਜੰਗ। ਮਾਲਵੇ ਦੇ ਬਠਿੰਡਾ, ਮਾਨਸਾ, ਮੋਗਾ, ਫਾਜ਼ਿਲਕਾ ਤੇ ਹੋਰ ਕਈ ਜ਼ਿਲ੍ਹੇ ਜਿਹੜੇ, ਉਹ ਨਰਮੇ ਨੂੰ ਜਿਹੜੀ ਗੁਲਾਬੀ ਸੁੰਡੀ ਪਈ ਆ ਉਹਦੇ ਕਰਕੇ ਬਿਲਕੁਲ ਝੰਬੇ ਗਏ ਆ।
उसकी फसल बिल्कुल बर्बाद हो गई है। तो सरकार है जी नवा ड्रामा शुरू कर सकती है तीनों तीन कैटागरिया वंड लिया। एक तो पिछली गल होर दसदा जो कि मैं कल ही पता लगी है वो ये चलता कि देखो मान लो थोड़ा नरमा 50% या 100% चलो बर्बाद हो गया तो लिखना तो पटवारी के कन को देना ना भी उन्होंने अगर रिपोर्ट बना के भेजनी है भी भाई हरमनप्रीत कौर का नरमा कि खराब होया स्वर्ण सिंह कहने का नरमा कि खराब होया फलाने का नरमा कि खराब होया वो कह दें जी कि 100% ही खराब लिख दें किले पिछले 4,000 रुपया लवेंगे। मान लो तुम 5 किले नरमा बीजा तो कह दें रिपोर्ट अभी अज ही बना के देनी है सानू साढ़े कैश अज ही दे दो मतलब 4,000 रुपये किले के हिसाब से 20,000 रुपया उन्होंने अभी जेब च पा लिया। उन्होंने रिपोर्ट बना के उत्ते भेजती तो किसान पता नहीं कदों मिलना महीने को मिलना 6 महीने मिलना नहीं मिलना साल में मिलना 2 महीने मिलना मतलब इस मामले के भी कई तरह ढूंढा चल पाया। हम कई मान लो नरमा 100 पीस भी खराब होया हो नहीं कुछ मिलता तो कह दें जी 75 पीस तो घट खराब होया कई नरमा हो सकता भी 33% खराब होया हो तो कहें भी भाई आप वध पैसे दवाने गलबात होगी है इन 100% वाले पास पा लो। सो आ कुछ जो चल रहा हो ये भी पारदर्शिता ना भी कितने चीज नजर आती नहीं। उस तो अगली गल यह जिन्ना भी चलो देना पहली गल तो किसानों ने यह गल कही भी अभी 60,000 रुपया किला मंगते हैं क्योंकि असी ठेके से जमीन लिया नरमे का महंगा बीज हाईब्रिड जेडे पेस्टिसाइड है जो असी पानी लाया जो डीजल सूचा जो मजदूरी जो नरमे असी वहीकल गोडी करते रहे हैं जो होर जिन्हें भी काम वो सारा कुछ करके सू कहते 60,000 रुपया एक एकड़ पै गया तुम दिने वो तो वह 12,000 रुपया जिहदा 100% नरमा बर्बाद हो गया उन्होंने 12,000 रुपया एकड़ मिल गया जिहदा हैगा भी 34% to 75% उन्होंने 1,400 रुपया मिलता उस तो घट वाले 2,000 रुपया मिलता कितने 12,000 से कितने 60,000 ये फर्क कि 5 गुणा का फर्क है जी ये जो किसानों ने गल कही है कि असी यहोजा नगूणा जो रकम यहोजा नगूणा भुगतान बिल्कुल नहीं कभी कर करना सानू साड़ी फसल का पूरा मुआवजा मिले तो अगों सरकार की कहती है कहने जी पिछली सरकार के मौके पर वध तो वध मुआवजा 8,000 रुपया मिलता तो फिर भी 12,000 दे रहे हैं। सो सरकार जो कुछ कर दें और तो कोई संतुष्ट नहीं सरकार जो कर दें ना किसान ना व्यापारी कोई तो संतुष्ट हो गया कभी जी बिल्कुल एदा मतलब भ्रिष्टाचार हर एक पद्धर दे उपर है चाहे लाखे गल्लां कहियां जांदियां ने कि भ्रिष्टाचार नूं नत्थ पा ली गई खत्म हो गया पर नहीं इहो जिहियां खबरां सब कुछ साफ कर दिंदियां ने। अगे वधदियां जी आम लोकां दे हालातां दे बारे च आपां गल कर चुके हां वी लोक जिहड़े ने तरह तरह कर रहे ने लोकां नूं कुछ भी नहीं मिल रहा पर दूसरे बन्ने विधायक दा 20 लाख रुपए दा बिजली बिल माफ कर दिता है जिस तों बाद विवाद वध गया है जी। देखो ये हैरानी की गल है कि आम लोगों ने बिजली के बिल माफ करने के लिए कैंप लगते हैं हम कैंप उ लग रहे जिम्मे कोरोना वैक्सीन के कैंप लगते थे ना जिम्मे खूनदान कैंप लगते जिम्मे पोलियो ड्रॉप के कैंप लगते हैं जिम्मे अखा भी कैंप लगते हैं उस तरीके हम बिजली के बिल माफ करने फार्म भरन के कैंप लगन लगते हैं। हाँ मैं कल खबर पढ़िया अभी जी फलानी थान से कैंप के 200 फार्म भरया फलानी थान से 200 फार्म भरया हम आ काम शुरू हो गया ਇਹਦੇ ਨਾਲ ਖਬਰਾਂ ਬਣੀ ਜਾਣਗੀਆਂ ਸਰਕਾਰ ਆਪਦਾ ਜੋ ਕੁਝ ਦਰਸਾਉਣਾ ਚਾਹੁੰਦੀ ਹੈ ਉਹ ਵਿੱਚ ਸਾਹਮਣੇ ਆ ਜਾਊਗਾ। ਆਮ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ਼ ਨਹੀਂ ਹੋਏ ਬਹੁਤਿਆਂ ਦੇ ਉਹ ਕਿਉਂਕਿ ਕਹਿੰਦੇ ਜੀ ਤੁਸੀਂ ਫਾਰਮ ਲਾਓ ਫਿਰ ਤੁਸੀਂ ਵਿੱਚੋਂ ਕੱਟੇ ਜਾਣਗੇ ਪਤਾ ਨਹੀਂ ਕਦੋਂ ਕੱਟੇ ਜਾਣਗੇ ਜੀ। ਤੁਸੀਂ ਇਹ ਸੋਚੋ ਵੀ ਜੇਕਰ ਤੁਹਾਡਾ 1,00,000 ਰੁਪਇਆ ਬਿਜਲੀ ਦਾ ਬਿੱਲ ਹੋ ਜਾਏ ਤਾਂ ਕੀ ਤੁਹਾਡਾ ਕਨੈਕਸ਼ਨ ਵੀ ਕੱਟਿਆ ਜਾਊਗਾ 2-3 ਮਹੀਨੇ ਉਡੀਕ ਕਰਕੇ ਅਤੇ ਬਾਅਦ ਦੇ ਵਿੱਚ ਬਿਜਲੀ ਮਹਿਕਮਾ ਕਨੈਕਸ਼ਨ ਕੱਟ ਜਾਂਦਾ ਪਰ ਇੱਥੇ ਵਿਧਾਇਕ ਸਾਹਿਬ ਦਾ 19,85,000 ਰੁਪਏ ਦਾ ਬਿੱਲ ਪੈਂਡਿੰਗ ਖੜਾ ਜਿਹੜਾ ਕਿ ਹੁਣ ਮਾਫ਼ ਹੋ ਗਿਆ 19,85,000 ਰੁਪਇਆ ਜਿਹੜਾ ਬਿੱਲ ਖੜਾ ਇਹਦਾ ਮਤਲਬ ਇਹ ਹੈ ਵੀ ਪਿਛਲੇ ਕਈ ਸਾਲਾਂ ਦਾ ਇਹਦਾ ਮਤਲਬ ਇਹ ਹੈ ਵੀ ਜਦੋਂ ਕਈ ਸਾਲਾਂ ਦਾ ਬਿੱਲ ਆ ਪਰ ਇਹਦਾ ਕਨੈਕਸ਼ਨ ਕੱਟ ਕੇ ਨਹੀਂ ਗਿਆ ਕਿਉਂਕਿ ਵਿਧਾਇਕ ਸਾਹਿਬ ਦੱਸਦੇ ਸੋ ਇਹ ਗੱਲ ਸੋਚਣ ਵਾਲੀ ਬਣਦੀ ਹੈ। ਹਰਮਿੰਦਰ ਸਿੰਘ ਗਿੱਲ ਜਿਹੜੇ ਕਿ ਪੱਟੀ ਤੋਂ ਕਾਂਗਰਸ ਦੇ ਵਿਧਾਇਕ ਆ ਇਹ ਉਹਨਾਂ ਦਾ ਬਿੱਲ ਮਾਫ਼ ਹੋਇਆ ਇਹ ਅਚਾਨਕ ਬਿੱਲ ਮਾਫ਼ ਹੋਇਆ ਇਹ ਆਉਂਦੀ ਵੀ ਕਤਾਰ ਦੇ ਵਿੱਚ ਖੜ ਕੇ ਪਹਿਲਾਂ ਫਾਰਮ ਭਰਿਆ ਤੇ ਇੱਕ ਗੱਲ ਹੋਰ ਵੀ ਕਹਿੰਦੇ ਵੀ ਸਾਡਾ ਤਾਂ 1 ਕਿਲੋਵਾਟ ਹੀ ਹੈ ਇੱਥੇ ਸਾਰਾ ਲੋਡ 1 ਕਿਲੋਵਾਟ ਦਾ ਚਲੋ ਉਹ ਵੀ ਮੰਨ ਗਏ ਪਰ ਸਵਾਲ ਇਹ ਪੈਦਾ ਹੁੰਦਾ ਵੀ ਇੰਨੇ ਲੰਬੇ ਸਮੇਂ ਤੋਂ ਪੈਂਡਿੰਗ ਬਿੱਲ ਖੜਾ ਕਨੈਕਸ਼ਨ ਕਿਉਂ ਨਹੀਂ ਕੱਟਿਆ ਗਿਆ ਇੰਨੇ ਲੰਬੇ ਸਮੇਂ ਤੋਂ ਪੈਂਡਿੰਗ ਬਿੱਲ ਖੜਾ ਕਿ ਇਸ ਦਿਨ ਦੀ ਉਡੀਕ ਦੇ ਵਿੱਚ ਸੀ ਵੀ ਇੱਕ ਨਾ ਇੱਕ ਦਿਨ ਸਰਕਾਰ ਨੇ ਬਿੱਲ ਮਾਫ਼ ਕਰ ਹੀ ਦੇਣਾ ਆਪਾਂ ਨੂੰ ਕੀ ਲੋੜ ਹੈ ਜਮ੍ਹਾਂ ਕਰਵਾਉਣ ਦੀ। ਸੋ ਵਿਧਾਇਕ ਹਰਮਿੰਦਰ ਗਿੱਲ ਦੇ ਇਸ ਤਰੀਕੇ ਨਾਲ ਬਿਜਲੀ ਦਾ ਬਿੱਲ ਮਾਫ਼ ਹੋਣ 'ਤੇ ਵਿਵਾਦ ਬੜਾ ਵਧਿਆ ਲੋਕਾਂ ਦੇ ਮਨਾਂ ਵਿੱਚ ਸਵਾਲ ਬੜੇ ਉੱਠੇ ਆ ਵੀ ਜੇਕਰ ਇੱਕ ਵਿਧਾਇਕ ਨਹੀਂ ਆਪਦਾ ਬਿੱਲ ਭਰ ਸਕਦਾ ਤਾਂ ਰਿਕਸ਼ਾ ਚਲਾਉਣ ਵਾਲਾ ਕਿਵੇਂ ਭਰੂਗਾ ਜੇ ਇੱਕ ਵਿਧਾਇਕ ਨਹੀਂ ਬਿੱਲ ਭਰ ਸਕਦਾ ਤਾਂ ਫਿਰ ਪੈਰ 'ਤੇ ਖੜ੍ਹ ਕੇ ਦਿਹਾੜੀ ਕਰਨ ਵਾਲਾ ਮਜ਼ਦੂਰੀ ਕਰਨ ਵਾਲਾ ਕਿਵੇਂ ਭਰੂਗਾ
ਸੋ ਇੱਥੇ ਵਿਧਾਇਕਾਂ ਦੀਆਂ ਮੌਜਾਂ, ਤਨਖਾਹਾਂ ਵੀ ਲਓ, ਭੱਤੇ ਵੀ ਲਓ, ਗਨਮੈਨ ਵੀ ਲਓ, ਆਉਣ ਜਾਣ ਦੇ ਖਰਚੇ ਵੀ ਲਓ, ਸਭ ਕੁਛ ਕਰੋ ਤੇ ਫਿਰ ਬਿੱਲ ਵੀ ਮਾਰ ਦੀ। ਜੀ ਬਿਲਕੁਲ ਸਰ, ਅੱਗੇ ਵਧਦੇ ਹਾਂ ਜੀ। ਹੁਣ ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਦੀ। ਚੜੂਨੀ ਹੋਰਾਂ ਦਾ ਬਿਆਨ ਸਾਹਮਣੇ ਆਇਆ, ਉਹ ਕਹਿੰਦੇ ਜੇ ਬੈਰੀਕੇਡ ਧੱਕੇ ਨਾਲ ਹਟਾਏ ਤਾਂ ਮੋਦੀ ਦੇ ਘਰ ਦੇ ਮੋਹਰੇ ਦੀਵਾਲੀ ਮਨਾਵਾਂਗੇ। ਹਾਂ ਬਿਲਕੁਲ ਜੀ, ਇਹ ਗੱਲ ਇਹ ਹੈ ਵੀ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਇਹ ਆਖਿਆ, ਉਹ ਕਹਿੰਦੇ ਵੀ ਜਿਸ ਤਰੀਕੇ ਦੇ ਹਾਲਾਤ ਬਣੀ ਜਾਂਦੇ ਆ, ਇਹ ਸਰਕਾਰ ਜਾਣ ਬੁੱਝ ਕੇ ਸ਼ਰਾਰਤ ਕਰ ਰਹੀ ਆ। ਉਹਨਾਂ ਦੇ ਕਹਿਣ ਦੇ ਮੁਤਾਬਕ ਇਸ ਵਕਤ ਜਿਹੜੀ ਮੋਦੀ ਸਰਕਾਰ ਆ, ਇਹ ਜਾਣ ਬੁੱਝ ਕੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਇਹ ਜ਼ਿਆਦਾ ਪ੍ਰਭਾਵ ਜੀ ਕਿ ਦੇਖੋ ਅਸੀਂ ਤਾਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਹੈ ਤੇ ਇਹੀ ਨੀ ਕਿਸਾਨ ਮੰਨਦੇ। ਉਹ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਰਾਤ ਦੇ ਵੇਲੇ ਬੈਰੀਕੇਡ ਗਾਜ਼ੀਪੁਰ ਟਿਕਰੀ ਬਾਰਡਰ ਤੇ ਹੋਰ ਵੱਖ ਵੱਖ ਥਾਵਾਂ ਤੋਂ ਹਟਾਉਣ ਦੀ ਪੁਲਿਸ ਨੇ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਕਈ ਕਿਸਾਨਾਂ ਦੇ ਉੱਤੇ ਵਿਰੋਧ ਵੀ ਹੋਇਆ ਤੇ ਜਿਹਦੇ ਕਰਕੇ ਰੋਕ ਵੀ ਲੱਗ ਗਈ ਹੈ। ਪਰ ਉਹ ਕਹਿੰਦੇ ਵੀ ਜਾਣ ਬੁੱਝ ਕੇ ਸ਼ਰਾਰਤ ਕਰ ਰਹੇ ਆ। ਉਹ ਤਾਂ ਕਰ ਰਹੇ ਵੀ ਭਾਈ ਜਦੋਂ ਬੈਰੀਕੇਡ ਹਟ ਜਾਣਗੇ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹਰ ਰੋਜ਼ ਵਹੀਕਲ ਨਿਕਲਦੇ ਤੇ ਦਰੜ ਜਾਣਗੇ ਕਿਸਾਨ ਆਪੇ, ਤੇ ਸੜਕ ਦੇ ਉੱਤੇ ਬੈਠੇ ਹੋਏ ਨੂੰ ਕੋਈ ਦਰੜ ਜੇ ਵਹੀਕਲ, ਇਹਦੇ ਲਈ ਕੋਈ ਬੜਾ ਵੱਡਾ ਕੇਸ ਵੀ ਨੀ ਬਣਦਾ ਗਾ। ਉਹ ਕਹਿੰਦੇ ਵੀ ਪਰ ਜੇਕਰ ਇੱਦਾਂ ਦੀਆਂ ਸ਼ਰਾਰਤਾਂ ਜਾਰੀ ਰੱਖੀਆਂ ਇਹਨਾਂ ਨੇ ਵੀ ਭਾਈ ਬੈਰੀਕੇਡ ਅਸੀਂ ਹਟਾਵਾਂਗੇ ਧੱਕੇ ਨਾਲ ਹਟਾਵਾਂਗੇ, ਤਾਂ ਅਸੀਂ ਇੱਥੋਂ ਉੱਠ ਕੇ ਤੇ ਮੋਦੀ ਦੇ ਘਰ ਦੇ ਮੂਹਰੇ ਬਹਿ ਜਾਂਗੇ, ਦੀਵਾਲੀ ਫਿਰ ਅਸੀਂ 4 ਤਰੀਕ ਦੀ ਉੱਤੇ ਮਨਾਵਾਂਗੇ। ਕਹਿਣ ਦਾ ਭਾਵ ਇਹ ਵੀ ਕਿ ਇਸ ਵਕਤ ਸੋਚਣਾ ਵਿਚਾਰਨਾ ਬਣਦਾ। ਇੱਕ ਪਾਸੇ ਜਦੋਂ ਅਸੀਂ ਆਸ ਕਰ ਰਹੇ ਹਾਂ ਵੀ ਸ਼ਾਇਦ ਖੇਤੀ ਕਾਨੂੰਨ ਰੱਦ ਕਰਨ ਵਾਲੀ ਗੱਲ ਖੇਤੀ ਕਿਤੇ ਨੇਪਰੇ ਚੜ੍ਹ ਜਾਣੀ ਆ, ਦੂਜੇ ਪਾਸੇ ਇਹੋ ਜਿਹੀਆਂ ਸ਼ਰਾਰਤੀ ਦੀਆਂ ਖਬਰਾਂ ਆਉਂਦੀਆਂ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਵੀ ਸਰਕਾਰ ਕਰੀ ਕੀ ਜਾਂਦੀ ਹੈ। ਜੀ ਸਰ, ਦੂਸਰੇ ਬੰਨੇ ਰਾਕੇਸ਼ ਟਕੈਤ ਹੋਰਾਂ ਨੇ ਵੀ ਕਿਹਾ, ਉਹ ਕਹਿੰਦੇ ਕਿ ਖੇਤੀ ਕਾਨੂੰਨਾਂ ਦੇ ਸੰਸਕਾਰ ਦੇ ਮਗਰੋਂ ਹੀ ਅਸੀਂ ਘਰ ਵਾਪਸ ਜਾਵਾਂਗੇ। ਹਾਂ ਬਿਲਕੁਲ ਜੀ, ਗੱਲ ਇਹ ਹੈ ਕਿ ਭਾਵੇਂ ਰਾਕੇਸ਼ ਟਕੈਤ ਦੀ ਗੱਲ ਕਰ ਲਈਏ, ਭਾਵੇਂ ਗੁਰਨਾਮ ਸਿੰਘ ਚੜੂਨੀ ਹੋਰਾਂ ਦੀ ਗੱਲ ਕਰ ਲਈਏ, ਭਾਵੇਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਤੇ ਭਾਵੇਂ ਹੋਰ ਦੀ, ਸਾਰਿਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਅਸੀਂ ਇਹ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਆਪੋ ਆਪਣੇ ਘਰਾਂ ਵੱਲ ਤੁਰਾਂਗੇ। ਹੁਣ ਵਿੱਚ ਵਿਚਾਲੇ ਦੀ ਚਰਚਾ ਚੱਲ ਪਈ ਹੈ ਵੀ ਸ਼ਾਇਦ ਕਿਸਾਨ ਆਗੂ ਵੀ ਵਿਚਕਾਰਲੇ ਸਮਝੌਤੇ ਚ ਮੰਨ ਰਹੇ ਆ। ਉਧਰ ਕੇਂਦਰ ਦੀ ਸਰਕਾਰ ਹਾਲੇ ਤੱਕ ਸਪਸ਼ਟ ਤੌਰ ਦੇ ਉੱਤੇ ਗੱਲ ਆਪਦੇ ਮੂੰਹ ਦੇ ਵਿੱਚੋਂ ਕੱਢ ਨਹੀਂ ਰਹੀ ਕਿ ਭਾਈ ਅਸੀਂ ਇਹ ਕਾਨੂੰਨ ਰੱਦ ਕਰ ਦਿੰਦੇ ਹਾਂ। ਜਦੋਂ ਅਸੀਂ ਕਿਸੇ ਮੰਤਰੀ ਨੂੰ ਪੁੱਛਦੇ ਹਾਂ, ਰਾਮਦਾਸ ਅਠਾਵਲੇ ਆ, ਉਹ ਕਹਿੰਦਾ ਜੀ ਕਿ ਬਿਲਕੁਲ ਨਹੀਂ ਇਹ ਕਾਨੂੰਨ ਰੱਦ ਹੋਣਗੇ। ਤੇ ਇੱਧਰੋਂ ਪਤਾ ਲੱਗਦਾ ਵਿੱਚ ਵਿਚਾਰੇ ਜਿਹੜੇ ਭਾਈ ਕੁਝ ਕਿਸਾਨ ਆਗੂ ਚਾਹੁੰਦੇ ਜੀ ਕਿ ਅੱਧੀਆਂ ਗੱਲਾਂ ਆਪਾਂ ਮੰਨ ਲਈਏ, ਅੱਧੀਆਂ ਇੱਕ ਮਨਵਾ ਲਈਏ। ਤੇ ਇੱਧਰੋਂ ਹੁਣ ਚੜੂਨੀ ਹੋਰਾਂ ਨੇ ਤੇ ਰਾਕੇਸ਼ ਸ਼ਿਕਾਇਤ ਹੋਰਾਂ ਨੇ ਤੇ ਬਾਕੀ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਵੀ ਅਸੀਂ ਤਾਂ ਜੀ 100% ਜਦੋਂ ਮੰਗਾਂ ਮੰਨੀਆਂ ਗਈਆਂ ਫਿਰ ਇੱਥੋਂ ਜਾਣਾ, ਨਹੀਂ ਤਾਂ ਅਸੀਂ 6 ਮਹੀਨੇ ਅਗਲਿਆਂ ਦੀ ਵੀ ਤਿਆਰੀ ਕਰ ਲੈਂਦੇ ਵੀ ਭਾਈ ਇੱਥੇ ਅੰਨ ਦਾਣਾ ਉਹਦਾ ਲੈ ਕੇ ਪਹੁੰਚੀਏ ਤੇ ਸੰਘਰਸ਼ ਹਾਲੇ ਹੋਰ ਲੰਮਾ ਚੱਲੂਗਾ। ਸੋ ਮਤਲਬ ਕਹਿਣ ਦਾ ਇਹ ਜੀ ਕਿ ਇਸ ਵੇਲੇ ਦੇ ਵਿੱਚ ਜੇਕਰ ਬੈਰੀਕੇਡ ਹਟਾਉਣ ਦੀਆਂ ਸ਼ਰਾਰਤਾਂ ਕਰਦੇ ਆ, ਇਹ ਹੈਗਾ ਤਾਂ ਸਿਰਫ ਸੁਪਰੀਮ ਕੋਰਟ ਦੀ ਨਜ਼ਰ ਵਿੱਚ ਸੱਚੇ ਬਣਨ ਦਾ ਕੰਮ ਹੀ ਆ ਵੀ ਭਾਈ ਅਸੀਂ ਦੇਖੋ ਆਪਦੇ ਵੱਲੋਂ ਕੋਈ ਕਸਰ ਨਹੀਂ ਬਾਕੀ ਛੱਡੀ, ਕਿਸਾਨ ਹਾਲੇ ਵੀ ਨਹੀਂ ਉੱਥੇ, ਤੁਸੀਂ ਕਹਿੰਦੇ ਸੀ ਬੈਰੀਕੇਡ ਹਟਾ ਦਿਓ ਅਸੀਂ ਹਟਾ ਤੇ, ਆਵਾਜਾਈ ਤਾਂ ਹੁਣ ਸਿਰਫ ਇਹਨਾਂ ਨੇ ਬਲੌਕ ਕਰਕੇ ਰੱਖੀ ਹੈ। ਸੋ ਚੜੂਨੀ ਹੋਰਾਂ ਨੇ ਕੱਲ ਇਹ ਗੱਲ ਕਹੀ ਹੈ ਵੀ ਅਸੀਂ ਇਹਨਾਂ ਕਾਨੂੰਨਾਂ ਨੂੰ ਬਿਲਕੁਲ ਰੱਦ ਕਰਵਾਏ ਤੋਂ ਬਿਨਾਂ ਜਾਣਾ ਨਹੀਂ। ਤੇ ਰਾਕੇਸ਼ ਸ਼ਿਕਾਇਤ ਹੋਰਾਂ ਨੇ ਗੱਲ ਕਹੀ ਹੈ ਜੀ, ਉਹ ਕਹਿੰਦੇ ਵੀ ਇਹ ਮਰਤਾ ਚੁੱਕੀ ਹੈ ਕਾਨੂੰਨ, ਸਤਿਕਾਰ ਹੋਏ ਤੋਂ ਬਾਅਦ ਹੀ ਜਾਵਾਂਗੇ। ਜੀ ਸਰ, ਹੁਣ ਥੋੜੀ ਜਿਹੀ ਦੀਵਾਲੀ ਨਾਲ ਜੁੜੀ ਹੋਈ ਗੱਲ ਕਰਦੇ ਹਾਂ ਜੀ। ਦੀਵਾਲੀ ਦਾ ਤਿਉਹਾਰ ਆਉਣ ਵਾਲਾ ਤੇ ਹੁਣ ਤਾਂ ਸਿਹਤ ਵਿਭਾਗ ਵੀ ਜਾਗ ਗਿਆ ਹੋਏਗਾ, ਛਾਪੇਮਾਰੀਆਂ ਸ਼ੁਰੂ ਹੋ ਗਈਆਂ। ਹਾਂ ਬਿਲਕੁਲ ਜੀ, ਛਾਪੇਮਾਰੀਆਂ ਜਾਰੀ ਹੈ ਜੀ ਪਿਛਲੇ ਕਈ ਦਿਨਾਂ ਤੋਂ, ਦੁਸਹਿਰੇ ਦੇ ਮੌਕੇ ਜੇ ਛਾਪੇਮਾਰੀਆਂ ਸ਼ੁਰੂ ਹੁੰਦੀਆਂ, ਗੰਦੇ ਰਸਗੁੱਲੇ ਫੜੇ, ਚਾਸ਼ਣੀ ਗੰਦੀ ਫੜੀ, ਅੱਜ ਪਨੀਰ ਨਕਲੀ ਫੜਿਆ, ਖੋਆ ਨਕਲੀ ਫੜਿਆ, ਅੱਜ ਜਲੇਬੀਆਂ ਦੇ ਉੱਤੇ ਮੱਖੀਆਂ ਬਹੁਤ ਬੈਠੀਆਂ ਸਨ, ਇਹ ਵੀ ਹੱਥ ਗੰਦੇ ਸਨ ਜਿੱਥੇ ਇਹ ਬਣਾਈਆਂ ਜਾ ਰਹੀਆਂ ਸੀ, ਫਲਾਣੀ ਚੀਜ਼ ਇਉਂ ਸੀ, ਫਲਾਣੀ ਚੀਜ਼ ਇਉਂ ਸੀ। ਆਹ ਹੁਣ 4 ਤਰੀਕ ਤੱਕ ਅੱਜ ਜਿਹੜਾ ਕੰਮ ਰਹੂਗਾ, ਪਰ 5 ਤਰੀਕ ਤੋਂ ਬਾਅਦ ਤੁਹਾਨੂੰ ਕੁਛ ਨਹੀਂ ਦੱਸਣਾ। ਤੇ ਜਿਉਂ ਆਪਾਂ ਜੰਮੇ ਹਾਂ ਉਦੋਂ ਆਹੀ 10-15 ਦਿਨ ਜਿਹੜਾ ਉਹ ਦਿਸਦਾ ਹੁੰਦਾ, ਸਿਹਤ ਵਿਭਾਗ ਸਰਗਰਮ ਹੋਇਆ, ਪਤਾ ਨਹੀਂ ਵੀ ਹਿੱਸਾ ਪੱਤੀ ਲੈਣ ਦੇ ਵਾਸਤੇ ਸਰਗਰਮ ਹੁੰਦਾ ਜਾਂ ਵਿਚਲੀ ਗੱਲ ਕੋਈ ਹੋਰ ਵੀ ਹੁੰਦੀ ਹੈ। ਪਰ ਗੱਲ ਇਹ ਵੀ ਇਹ ਸਰਗਰਮੀ ਜੇਕਰ ਪੂਰਾ ਸਾਲ ਰਹੇ, 365 ਸਾਲ ਰਹੇ, ਤਾਂ ਮਾੜਾ ਮੋਟਾ ਹੋ ਸਕਦਾ ਵੀ ਲੋਕਾਂ ਦੀ ਜ਼ਿੰਦਗੀ ਦਾ ਬਚਾਅ ਵੀ ਰਹੇ। ਪਰ ਗੱਲ ਇਹ ਵੀ ਕਿ ਇਹ ਸਰਗਰਮੀਆਂ ਦਿਸਦੀਆਂ ਕਿੰਨੀਆਂ ਕਾ, ਇਹ ਮੈਂ ਨਹੀਂ ਕਦੇ ਅੱਜ ਤੱਕ ਦੇਖਿਆ ਜਦੋਂ ਜੰਮੇ ਆ ਵੀ ਭਾਈ ਫਲਾਣੀ ਦੁਕਾਨ ਦੇ ਵਿੱਚ ਬਹੁਤ ਦੰਦ ਸੀ, ਉੱਥੇ ਜੀ ਕੂੜੇ ਦੇ ਢੇਰ ਸੀ, ਉੱਥੇ ਜੀ ਨਕਲੀ ਖੋਆ ਸੀ, ਕੂਏ ਚਾਸ਼ਣੀ ਦੇ ਵਿੱਚ ਚਲੇ ਫਿਰਦੇ ਸੀ, ਤੇ ਉਸ ਦੁਕਾਨ ਨੂੰ ਪੱਕੇ ਤੌਰ ਦੇ ਉੱਤੇ ਸੀਲ ਕਰਤਾ। ਹੁਣ ਇਹ ਦੁਕਾਨ ਪਿਛਲੇ 10 ਸਾਲ ਤੋਂ ਬੰਦ ਪਈ ਹੈ, ਮੈਂ ਨਹੀਂ ਅੱਜ ਤੱਕ ਇਹੋ ਜਿਹਾ ਕੰਮ ਦੇਖਿਆ। ਉਹ ਅੱਜ ਤੁਹਾਨੂੰ ਮਾੜਾ ਮੋਟਾ ਕੋਈ ਆਉਂਦੇ ਆ, ਇਹ ਹਿੱਸਾ ਪੱਤੀ ਲੈ ਕੇ ਗੱਲ ਖਤਮ ਹੋ ਜਾਂਦੀ ਹੈ ਤੇ ਅਗਲੇ ਦਿਨ ਫਿਰ ਹੋ ਜਾਏ ਕੰਮ ਸ਼ੁਰੂ।
ਸੋ ਇਸ ਕਰਕੇ ਲੋੜ ਇਹਨਾਂ ਤਿਉਹਾਰਾਂ ਦੇ ਮੌਕੇ ਹੀ ਜਾਗਣ ਦੀ ਨਹੀਂ ਤੇ ਇੱਦਾਂ ਵੀ ਜਾਗਦੀ ਰਹਿਣ ਦੀ ਆ ਤੇ ਇੱਦਾਂ ਦਾ ਕੁਝ ਨਹੀਂ ਹੁੰਦਾ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਜੀ ਬਿਲਕੁਲ ਸੋ ਖੈਰ ਅੱਜ ਦੇ ਲਈ ਸਰ ਇੰਨਾ ਹੀ ਕੱਲ ਨੂੰ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ